ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਜਿਹੜਾ ਨਸ਼ਾ ਵਾ ਇਹ ਬੰਦ ਕੀਤਾ ਜਾਵੇ। ਇਸ ਤਰ੍ਹਾਂ ਜੋ ਮਤਲਬ ਕਿ ਡੈਥਾਂ ਹੋ ਰਹੀਆਂ, ਵੇਖੋ ਜਵਾਨ ਧੀਆਂ ਪੁੱਤ ਬੱਚੇ ਮਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪੰਜਾਬ ਦੇ ਵਿੱਚ ਆਏ ਦਿਨ ਨੌਜਵਾਨ ਨਸ਼ੇ ਦੀ ਬਲੀ ਚੜ ਰਹੇ ਨੇ, ਪਰ ਪੰਜਾਬ ਸਰਕਾਰ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ। ਇਸ ਵਾਰ ਨਸ਼ੇ ਦੀ ਭੇਟ ਚੜਿਆ ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦੇ ਪਿੰਡ ਮੰਝਪੁਰ ਦਾ 33 ਸਾਲਾ ਜਤਿੰਦਰ ਸਿੰਘ ਉਫ ਸੋਨੂ, ਜਿਸ ਦੀ ਨਸ਼ੇ ਦੇ ਓਵਰਡੋਜ਼ ਟੀਕੇ ਲਗਾਉਣ ਦੇ ਕਰਕੇ ਮੌਤ ਹੋ ਗਈ। ਜਤਿੰਦਰ ਸਿੰਘ ਉਫ ਸੋਨੂ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਮੇਰੇ ਪਤੀ ਨੂੰ ਚਰਨਜੀਤ ਸਿੰਘ ਅਤੇ ਰਾਜੂ ਆਪਣੇ ਘਰ ਲੈ ਗਏ ਅਤੇ ਕਾਫੀ ਦੇਰ ਵਾਪਸ ਨਹੀਂ ਆਏ। ਫਿਰ ਪਤਾ ਚੱਲਿਆ ਕਿ ਚਰਨਜੀਤ ਸਿੰਘ ਦੇ ਘਰ ਮੇਰਾ ਪਤੀ ਬੇਹੋਸ਼ ਪਿਆ ਹੈ। ਫਿਰ ਤੁਰੰਤ ਉਹਨਾਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਅੰਮ੍ਰਿਤਸਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਅਤੇ ਪੁਸ਼ਟੀ ਕੀਤੀ ਕਿ ਇਸ ਵੇਲੇ ਜਤਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਦੁਖੀ ਪਤਨੀ ਨੇ ਰੋਂਦੇ ਹੋਏ ਦੱਸਿਆ ਕਿ ਮੇਰਾ ਪਤੀ ਤਾਂ ਨਸ਼ੇ ਦੀ ਮਾਰ 'ਚ ਮਰ ਗਿਆ, ਪਰ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਦੂਸਰਿਆਂ ਦੇ ਬੱਚਿਆਂ ਨੂੰ ਜੇ ਬਚਾ ਸਕਦੇ ਨੇ ਤਾਂ ਬਚਾ ਲੈਣ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਹੋਰ ਕੀ ਕੁਝ ਕਿਹਾ ਮ੍ਰਿਤਕ ਦੀ ਇਸ ਦੁਖੀ ਬੇਵਾ ਨੇ, ਆਓ ਮਾਰਦੇ ਇੱਕ ਨਜ਼ਰ। ਕਿੰਨੇ ਲਾਇਆ ਟੀਕਾ? ਉਹਦਾ ਨਾਂ ਇੱਕ ਨਾਂ ਪ੍ਰਿੰਸ, ਇੱਕ ਨਾਂ ਬਹੂ ਤੇ ਇੱਕ ਨਾਂ ਰਾਜੂ ਆ। ਅੱਗੇ ਟੀਕੇ ਟੂਕੇ ਲਾਉਂਦੇ ਸੀ? ਨਹੀਂ, ਅੱਗੇ ਨਹੀਂ ਲਾਉਂਦੇ, ਤੇ ਸ਼ਰਾਬ ਹੀ ਪੀਂਦੇ। ਤੇ ਟੀਕਾ ਕਿੰਨਾ ਚਿਰ ਦਾ ਲਾਉਂਦਾ ਹੈ? ਕਾਲੀ ਲਾ ਹੈ, ਕਾਲੀ ਲਾਇਆ ਵਾ। ਪਹਿਲੀ ਵਾਰ ਲਾਇਆ? ਹਾਂਜੀ, ਪਹਿਲਾਂ ਆਉਂਦੀ ਸੀ ਟੀਕੇ ਟੂਕੇ ਲਾਉਂਦਾ ਕਿ ਨਹੀਂ? ਪੀਂਦਾ। ਕਿੰਨੇ ਬੱਚੇ ਇਹਨਾਂ ਦੇ? ਕਿੰਨੇ ਬੱਚੇ ਮੇਰੇ? ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਮੈਂ ਮੰਗ ਕਰਦੀ ਹਾਂ ਵੀ ਸਮੈਕ ਤੇ ਪ੍ਰਬੰਧੀ ਲੱਗੇ, ਹੋਰ ਕੋਈ ਭੈਣ ਮੇਰੇ ਵਾਂਗੂ ਦੁਖੀ ਨਾ ਹੋਵੇ। ਜਿੱਦਾਂ ਮੇਰੇ ਬੱਚੇ ਰੋਂਦੇ, ਇੱਦਾਂ ਹੋਰ ਕਿਸੇ ਨਾ ਰੋਣ। ਮੈਂ ਉਹ ਮੰਗ ਕਰਦੀ ਹਾਂ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਬਸ ਮੇਰੀ ਇਹੋ ਮੰਗ ਆ, ਨਸ਼ਿਆਂ 'ਤੇ ਪਾਬੰਦੀ ਲੱਗ ਜੇ। ਇਹ ਤਾਂ ਪਾਬੰਦੀ ਲੱਗਣੀ ਚਾਹੀਦੀ ਆ। ਇਹ ਗਲੀ ਗਲੀ, ਬਾਜ਼ਾਰ ਬਾਜ਼ਾਰ ਵਿਕਦੇ ਫਿਰਦੇ ਆ। ਇਹਨਾਂ ਨੂੰ ਇਹਨਾਂ ਨਹੀਂ ਦੀਦਾ, ਕਈ ਕਿਹਦੇ ਬੱਚੇ ਬਰਬਾਦ ਕਰਨ ਡੇ ਆ, ਕਈ ਦੀਆਂ ਘਰ ਵਾਲੀਆਂ ਬਰਬਾਦ ਕਰਨ ਡੇ ਆ। ਇਹਨਾਂ ਨੇ ਬੜੀ ਬਰਬਾਦ ਕਰਤੀ ਦੁਨੀਆ, ਹੁਣ ਰੋਕ ਲਾਓ ਇਹਦੇ 'ਤੇ। ਇਹ 'ਤੇ ਰੋਕ ਲੱਗਣੀ ਚਾਹੀਦੀ ਆ, ਮੇਰੀ ਹੋਰ ਕੋਈ ਮੰਗ ਨਹੀਂ ਹੈ। ਨਸ਼ਿਆਂ 'ਤੇ ਰੋਕ ਲਾਓ, ਅਤੇ ਮੈਨੂੰ ਜਿਹੜੇ ਮੇਰੇ ਵਿਰੋਧੀ ਆ ਨਾ, ਉਹਨਾਂ 'ਤੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ। ਉਹਨਾਂ ਨੂੰ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਜਿਨ੍ਹਾਂ ਨੇ ਟੀਕਾ ਲਾ ਕੇ ਮੇਰੇ ਘਰ ਵਾਲੇ ਨੂੰ ਮਾਰ, ਇਹਨਾਂ ਤਿੰਨਾਂ ਨੂੰ ਸਜ਼ਾ ਹੋਣੀ ਚਾਹੀਦੀ। ਬਸ ਮੇਰੀ ਪਿੰਡ ਬਾਲੀਆਂ ਮੰਜ ਭਾਈ, ਕੀ ਗੱਲ ਹੋਈ ਆ ਤੁਹਾਡੇ ਪਿੰਡ? ਸਰ ਇੱਥੇ ਨਸ਼ਾ, ਮਤਲਬ ਕਿ ਨਸ਼ੇ ਦਾ ਬੱਚੇ ਨੇ ਟੀਕਾ ਲਾ ਲਿਆ ਕੋਈ, ਉਹਦੀ ਵਜ੍ਹਾ ਦੇ ਕਰਕੇ ਮਤਲਬ ਡੈਥ ਹੋ ਗਈ ਆ। ਪਰਿਵਾਰ ਵੀ ਪਿੱਛੇ ਛੋਟੇ ਛੋਟੇ ਬੱਚੇ ਨੇ, ਅਤੇ ਬਹੁਤ ਹੀ ਮਾੜੀ ਗੱਲ ਹੈ। ਪੰਜਾਬ ਸਰਕਾਰ ਅੱਗੇ ਬੇਨਤੀ ਆ ਕਿ ਨਸ਼ੇ ਦੇ ਦਰੱਗ ਜਿਹੜੇ ਬੰਦ ਖਤਮ ਕੀਤਾ ਜਾਵੇ। ਨਸ਼ਾ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਵਿਕ ਰਿਹਾ ਵਾ, ਇਹ ਮਿਹਰਬਾਨੀ ਕਰਕੇ ਇੱਥੇ ਕੰਟਰੋਲ ਕੀਤਾ ਜਾਵੇ, ਜੋ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਾਡੇ ਅਨੁਸਾਰ ਕਦੋਂ ਦਾ ਨਸ਼ਾ ਕਰਦਾ ਸੀ? ਪਤਾ ਨਸ਼ਾ ਤਾਂ ਕਰਦਾ ਨਹੀਂ ਗਾ, ਹੁਣ ਜੀ ਥੋੜ੍ਹਾ ਜਿਹਾ ਚਿਰ ਹੋਇਆ, ਮਤਲਬ ਕਿ ਇਹੋ ਜਿਹਾ ਚੱਕਰ ਨਹੀਂ ਹੋਏਗਾ। ਨਸ਼ਾ ਕਰਦਾ ਨਹੀਂ, ਮੁੰਡਿਆਂ ਨਾਲ ਰਲ ਮਿਲ ਕੇ ਫਿਰ ਹੋ ਹੀ ਜਾਂਦਾ, ਤੁਹਾਨੂੰ ਪਤਾ। ਨਹੀਂ ਤਾਂ ਵੈਸੇ ਤਾਂ ਨਸ਼ਾ ਨਹੀਂ ਕਰਦਾ, ਆਪਣਾ ਕਾਰੋਬਾਰ ਹੀ ਕਰਦਾ। ਇਹਦੇ ਵਿੱਚ ਕੋਈ ਕੈਂਪ ਕੁੰਪ ਲਾਏ ਜਾਂਦੇ ਤੁਹਾਡੇ ਵਿੱਚ ਕੋਈ ਨਸ਼ਾ ਛਡਾਉਣ ਵਾਸਤੇ ਕਿ ਨਹੀਂ ਅਜੇ ਤੱਕ? ਨਹੀਂ ਜੀ, ਕੋਈ ਕੈਂਪ ਨਹੀਂ ਜੀ। ਜੇ ਕੋਈ ਲਾਉਂਦਾ ਵੀ ਆ ਤਾਂ ਮੇਰੇ ਖਿਆਲ ਕਈਆਂ ਨੇ ਬੱਚੇ ਭੇਜੇ ਵੀ ਆ, ਉਹ ਵੀ ਪੈਸੇ ਲੈ ਕੇ ਲਾਉਂਦੇ, ਉਸ ਤੋਂ ਫ੍ਰੀ ਵਾਲੇ ਤੁਸੀਂ ਹੈ ਨਹੀਂ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ?
ਇਹੀ ਮੰਗ ਕਰਦੇ ਹਾਂ ਜੀ ਸਰ ਕਿ ਇਹ ਜਿਹੜਾ ਨਸ਼ਾ ਵਾ ਇਹ ਬੰਦ ਕੀਤਾ ਜਾਵੇ। ਇਸ ਤਰ੍ਹਾਂ ਜੋ ਮਤਲਬ ਕਿ ਡੈਥਾਂ ਹੋ ਰਹੀਆਂ ਵੇਖੋ, ਜਵਾਨ ਧੀਆਂ ਪੁੱਤ ਬੱਚੇ ਮਰ ਰਹੇ ਨੇ, ਅਤੇ ਇਹਦੇ ਇਸ ਸਾਰੇ ਮਾਮਲੇ ਨੂੰ ਲੈ ਕੇ ਆਖਿਰ ਐਸ ਆਈ ਤਰਲੋਕ ਸਿੰਘ ਦਾ ਕੀ ਕਹਿਣਾ, ਆਓ ਉੱਥੇ ਵੀ ਇੱਕ ਨਜ਼ਰ ਮਾਰਦੇ ਹਾਂ। ਹਾਂਜੀ ਸਰ, ਕੀ ਮਾਮਲਾ ਗੱਲ, ਕੀ ਗੱਲ ਹੋਈ ਹੈ ਜੀ? ਜਿਹੜਾ ਨਸ਼ਾ ਲੈ ਕੇ ਮੁੰਡਾ ਮਰਿਆ ਉਹਦੇ ਵੱਲੋਂ ਕੀ ਗੱਲ ਹੋਈ? ਸਾਨੂੰ ਤਲਾਹ ਮਿਲੀ ਜੀ, ਘਰ ਵਾਲੇ ਨੇ ਤਲਾਹ ਦਿੱਤੀ ਅਮਰਜੀਤ ਕੌਰ ਨੇ, ਉਹਦੇ ਘਰ ਵਾਲੇ ਨੂੰ ਉਹਨਾਂ ਦੇ ਪਿੰਡ ਦਾ ਹੀ ਆ ਇੱਕ ਰਾਜੂ ਅਤੇ ਚਰਨਜੀਤ ਸਿੰਘ ਬਾਬੂ, ਉਹਨੂੰ ਆਪਣੇ ਨਾਲ ਬਾਹਰ ਖੜੇ ਆਪਣੇ ਨਾਲ ਲੈ ਗਏ। ਉਹ ਅੱਗੇ ਜਾ ਕੇ ਕਿਸੇ ਦੇ ਘਰ ਲੈ ਕੇ ਗਏ, ਪ੍ਰਿੰਸਲਾਂ ਦਾ ਮੁੰਡਾ ਉੱਥੇ ਗਏ, ਉਹ ਲੱਭਦੀਆਂ ਦੀ ਵੀ ਮਗਰ ਗਈਆਂ, ਅਤੇ ਮੈਨੂੰ ਪਤਾ ਲੱਗਿਆ ਜਦੋਂ ਘਰ ਵਾਲੇ ਇੱਥੇ ਜਦੋਂ ਅੰਦਰ ਗਈਆਂ ਅਤੇ ਘਰ ਵਾਲਾ ਮੇਰਾ ਬੇਹੋਸ਼ ਸੀ, ਅਤੇ ਇਹਨਾਂ ਨੇ ਆਪਸ 'ਚ ਉਹਨੂੰ ਨਸ਼ੇ ਦਾ ਟੀਕਾ ਲਾਇਆ। ਲੈ ਗਏ ਕਿਹੜੇ ਗਏ ਬੰਦੇ ਜੀ? ਇਹਨਾਂ ਦੇ ਪਿੰਡ ਦੇ ਰਾਜੂ ਅਤੇ ਚਰਨਜੀਤ ਸਿੰਘ ਬਾਬੂ। ਗੁਰਪਿਆਰਿਓ, ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿੱਥੇ ਨਸ਼ੇ ਦੀ ਬਲੀ ਨੌਜਵਾਨ ਚੜ੍ਹਦੇ ਨੇ, ਧਾਰਾ 304 ਦੇ ਤਹਿਤ ਮਾਮਲੇ ਦਰਜ ਹੋ ਜਾਂਦੇ ਨੇ। ਪਰ ਕਦੋਂ ਤੱਕ ਨੌਜਵਾਨ ਨਸ਼ੇ ਦੀ ਬਲੀ ਚੜ੍ਹਦੇ ਰਹਿਣਗੇ? ਆਖਿਰ ਕੈਪਟਨ ਸਾਹਿਬ ਨੂੰ 4 ਹਫ਼ਤੇ ਵਿੱਚ ਮੈਂ ਨਸ਼ਾ ਖਤਮ ਕਰ ਦਾਂਗਾ, ਪੰਜਾਬ ਦੀ ਆਵਾਮ ਨਾਲ ਇਹ ਕੀਤਾ ਹੋਇਆ ਵਾਅਦਾ ਯਾਦ ਕਿਉਂ ਨਹੀਂ ਆਉਂਦਾ? ਕਿਉਂ ਆਏ ਦਿਨ ਉਹ ਪੰਜਾਬ ਦੀ ਨੌਜਵਾਨੀ ਦੀ ਬਲੀ ਲੈ ਰਹੇ ਨੇ? ਹਜ਼ਾਰਾਂ ਮਾਪਿਆਂ ਦੀਆਂ ਕਿਉਂ ਬਦਦੁਆਵਾਂ ਲੈ ਰਹੇ ਨੇ? ਸੈਂਕੜੇ ਅਜਿਹੀਆਂ ਧੀਆਂ ਦੀਆਂ ਜੋ ਜਵਾਨੀ ਦੇ ਵਿੱਚ ਵਿਧਵਾ ਹੋ ਰਹੀਆਂ ਨੇ, ਉਹ ਵੀ ਇਸ ਨਸ਼ੇ ਦੇ ਕਾਲੇ ਕੋਟ ਦੇ ਕਰਕੇ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਅਜੇ ਵੀ ਆਪਣੀਆਂ ਅੱਖਾਂ ਖੋਲਦੀ ਹੈ ਜਾਂ ਕੁੰਭਕਰਨੀ ਨੀਂਦ ਸੁੱਤੀ ਰਹਿੰਦੀ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਜੰਡਿਆਲਾ ਗਰੁੱਪ ਤੋਂ ਅਸ਼ਨੀ ਸ਼ਰਮਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।